ਤੁਹਾਨੂੰ ਦੱਸ ਦਈਏ ਆਪਾਂ ਅਜੀਤਪਾਲ ਸਿੰਘ ਬਰਾੜ ਬ੍ਰੈਂਪਟਨ ਕਿੱਥੇ ਆ ਫਿਲਹਾਲ ਤੁਸੀਂ ਬ੍ਰੈਂਪਟਨ ਤੋਂ ਆਪਣੇ ਨਾਲ ਜੁੜੇ ਆ ਅਤੇ ਗੱਲਾਂ ਬਾਤਾਂ ਕਰਾਂਗੇ ਅੱਜ ਦੇ ਜਿਹੜੇ ਰੀਸੈਂਟ ਮਸਲਾ ਚੱਲ ਰਿਹਾ ਮਾਈਗ੍ਰੇਸ਼ਨ ਕੈਨੇਡਾ ਮਾਈਗ੍ਰੇਸ਼ਨ ਅਤੇ ਰਿਵਰਸ ਮਾਈਗ੍ਰੇਸ਼ਨ ਠੀਕ ਹੈ ਇਮੀਗ੍ਰੇਸ਼ਨ ਟੂ ਕੈਨੇਡਾ ਇਮੀਗ੍ਰੇਸ਼ਨ ਟੂ ਪੰਜਾਬ ਇਹ ਸਾਰੇ ਤਿੰਨ ਚਾਰ ਵਿਸ਼ੇ ਅਹਿਮ ਆ ਜਿਹੜੇ ਚਰਚਾ ਦਾ ਵਿਸ਼ਾ ਬਣੇ ਹੋਏ ਆ ਅਤੇ ਆਪਾਂ ਗੱਲਬਾਤ ਕਰਾਂਗੇ ਰਿਵਰਸ ਮਾਈਗ੍ਰੇਸ਼ਨ ਦੀ ਅਤੇ ਆਪਣੇ ਨਾਲ ਅਜੀਤਪਾਲ ਸਿੰਘ ਬਰਾੜ ਅਤੇ ਉਹਨਾਂ ਤੋਂ ਆਪਾਂ ਇਹ ਸਾਰੇ ਵਿਚਾਰ ਉਹਨਾਂ ਨਾਲ ਸਾਂਝੇ ਕਰਾਂਗੇ ਉਹਨਾਂ ਤੋਂ ਇਨਫੋਰਮੇਸ਼ਨ ਲਵਾਂਗੇ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਰ ਥੈਂਕ ਯੂ ਅਤੇ ਅੱਛਾ ਤੁਹਾਨੂੰ ਕਿੰਨਾ ਚਿਰ ਹੋ ਗਿਆ ਇੱਥੇ ਆਇਆਂ ਨੂੰ ਮੈਨੂੰ ਲਗਭਗ 5 ਸਾਲ ਹੋ ਗਏ ਅਤੇ ਕਿਵੇਂ ਲੱਗਿਆ ਕੈਨੇਡਾ ਸੈੱਟ ਆ ਠੀਕ ਹੈ ਕੰਮ ਯਾਰ ਦੇਖੋ ਮੈਂ ਥੋੜ੍ਹਾ ਜਿਹਾ ਡਿਵਾਈਡਡ ਆ ਇਸ ਚੀਜ਼ ਦੇ ਬਾਰੇ ਮੈਨੂੰ ਕੈਨੇਡਾ ਠੀਕ ਵੀ ਲੱਗਿਆ ਤੇ ਨਹੀਂ ਵੀ ਮੈਨੂੰ ਕੁਛ ਚੀਜ਼ਾਂ ਠੀਕ ਲੱਗਾ ਤੇ ਕੁਛ ਚੀਜ਼ਾਂ ਫਿਰ ਨਹੀਂ ਵੀ ਠੀਕ ਲੱਗਾ ਠੀਕ ਹੈ ਜਿਵੇਂ ਕਿ ਕਰੀਅਰ ਪਰਸਪੈਕਟਿਵ ਤਾਂ ਬਹੁਤ ਵਧੀਆ ਹੈ ਐਜੂਕੇਸ਼ਨ ਪਰਸਪੈਕਟਿਵ ਤਾਂ ਬਹੁਤ ਵਧੀਆ ਰਿਹਾ ਹੈ कारण हो सकते हैं तुसी तां कनेडा च रह रहे हो तुहानूं ज्यादा पता इस चीजां दा तुसी क्योंकि नेड़े होके देखिया तुसी की समझदे आ वी जिहड़ी लोकां दी घुटण आ इह मेन रीजन की है इस चीज दा ਯਾਰ ਇਹ ਚ ਦੋ ਤਿੰਨ ਤਰ੍ਹਾਂ ਦੀਆਂ ਚੀਜ਼ਾਂ ਮੇਰੇ ਹਿਸਾਬ ਨਾਲ ਹੋ ਸਕਦੀਆਂ ਨੇ ਜਿਵੇਂ ਹੁਣ ਮੇਰਾ ਕੀ ਇਸ਼ੂ ਆ ਵੀ ਮੈਨੂੰ ਜਿਵੇਂ ਮੇਰਾ ਜਿਵੇਂ ਮੈਨੂੰ ਥੋੜਾ ਜਿਹਾ ਲਾਈਫ ਸਟੱਡੀ ਮੈਨੂੰ ਪਸੰਦ ਹੈ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਦੇਖਣਾ ਪਸੰਦ ਹੈ ਘੁੰਮਣਾ ਫਿਰਨਾ ਪਸੰਦ ਹੈ ਇੱਥੇ ਸਭ ਤੋਂ ਪਹਿਲਾਂ ਤਾਂ ਸਭ ਤੋਂ ਵੱਡਾ ਦੂਰ ਦੂਰ ਆ ਜਿਹੜੇ ਸਾਡੇ ਨੇੜੇ ਜਿਹੜੇ ਸਾਡੇ ਸਟੇਸ਼ਨ ਆ ਜਿੱਥੇ ਆਪਾਂ ਜਾ ਸਕਦੇ ਹਾਂ ਉਹ ਹੁਣ ਤੁਸੀਂ ਕਿੰਨੇ ਕੁ ਵਾਰ ਤੁਸੀਂ ਇੱਕੋ ਥਾਂ ਤੇ ਤੁਸੀਂ ਜਾਂਦੇ ਜਾਂਦੇ ਰਹੋਗੇ ਜੇ ਤੁਸੀਂ ਮੰਨ ਲਓ ਹੋਰ ਥਾਵਾਂ ਤੇ ਜਾਣਾ ਸ਼ਾਇਦ ਤੁਹਾਨੂੰ ਹੋਰ ਤੁਹਾਨੂੰ ਥੋੜਾ ਜ਼ਿਆਦਾ ਡਿਸਟੈਂਸ ਤੇ ਸ਼ਾਇਦ ਤੁਹਾਨੂੰ ਜਾਣਾ ਪੈਂਦਾ ਹੈ ਗੱਲ ਘੁੰਮ ਘਾ ਕੇ ਉਹੀ ਆ ਜਾਂਦੀ ਹੈ ਵੀ ਕੈਨੇਡਾ ਹੁਣ ਉਹ ਕੈਨੇਡਾ ਨਹੀਂ ਰਿਹਾ ਦੇਖੋ ਮੈਨੂੰ ਤਾਂ ਇਹਨੂੰ 5 ਸਾਲ ਹੋਏ ਆ ਤੇ ਮੈਂ ਤਾਂ ਆਪਣੇ ਹਿਸਾਬ ਨਾਲ ਕਵਾਂ ਤਾਂ ਹਾਂ ਮੈਂ 5 ਸਾਲ ਚ ਕਰ ਮੈਂ ਕਾਫੀ ਜ਼ਿਆਦਾ ਮੈਂ ਡਿਫਰੈਂਸ ਦੇਖ ਲਿਆ ਜਦੋਂ ਮੈਂ ਆਇਆ ਸੀ ਤੇ ਅੱਜ ਦਾ ਜਿਹੜਾ ਕੈਨੇਡਾ ਵਿੱਚ ਕਾਫੀ ਜ਼ਿਆਦਾ ਫਰਕ ਆ ਓਨੈਸਟਲੀ ਅੱਜ ਤੋਂ 5 ਸਾਲ ਪਹਿਲਾਂ ਇੱਥੇ ਥੋੜਾ ਜਿਹਾ ਸਭ ਕੁਝ ਥੋੜਾ ਜਿਹਾ ਮਤਲਬ ਬੈਲੈਂਸ ਸੀਗਾ ਬੈਲੈਂਸ ਆਊਟ ਸੀਗਾ ਹੁਣ ਥੋੜਾ ਜਿਹਾ 5 ਸਾਲਾਂ ਚ ਕਾਫੀ ਜ਼ਿਆਦਾ ਖਲਾਰਾ ਵੀ ਕਰਕੇ ਜ਼ਿਆਦਾ ਪੈ ਗਿਆ ਜਿਵੇਂ ਰੈਂਟਲ ਬਹੁਤ ਜ਼ਿਆਦਾ ਵੱਧ ਗਿਆ ਜਿਵੇਂ ਕੋਈ ਵੀ ਚੀਜ਼ ਮਤਲਬ ਕਾਰਾਂ ਦੇ ਜੇ ਮੰਨ ਲਓ ਕਿਸੇ ਨੇ ਆਪਣੀ ਕਾਰ ਲੈਣੀ ਹੈ ਉਹਦਾ ਪ੍ਰਾਈਸ ਬਹੁਤ ਹਾਈ ਹੋ ਗਿਆ ਕਾਰਾਂ ਦੇ ਪ੍ਰਾਈਸ ਨੇ ਆਲਮੋਸਟ ਮੈਂ ਤਾਂ ਡਬਲ ਹੁੰਦੇ ਦੇਖੇ ਨੇ ਜੇ ਮੰਨ ਲਓ ਡਬਲ ਜੇ ਮੰਨ ਲਓ ਨਹੀਂ ਵੀ ਹੈ ਉਹ ਹੋ ਰਹੇ ਤਾਂ ਐਟਲੀਸਟ ਜਿਵੇਂ ਉਹ ਪਹਿਲਾਂ ਮੰਨ ਲਓ ਜਿਹੜਾ ਜਿਹੜਾ ਘਰ ਪਹਿਲਾਂ 6-6 ਲੱਖ ਚ ਮਿਲ ਜਾਂਦਾ ਸੀਗਾ ਹੁਣ ਉਹ ਲਗਭਗ ਮਿਲੀਅਨ ਦੇ ਲਗਭਗ ਚੱਲ ਗਿਆ ਵਾ ਤਾਂ ਉਹਦੇ ਨਾਲ ਇੰਟਰਸਟ ਰੇਟ ਵੱਧ ਗਿਆ ਉਹਦੇ ਨਾਲ ਖਰਚਾ ਓਵਰਆਲ ਵੀ ਵੱਧ ਗਿਆ ਹਰ ਚੀਜ਼ ਦੀ ਆਲਮੋਸਟ ਮਤਲਬ ਐਕਸਪੈਂਸਿਵ ਹੈ ਚਲੋ ਐਕਸਪੈਂਸਿਵ ਹੈ ਪਲੱਸ ਰਸ਼ ਬਹੁਤ ਜ਼ਿਆਦਾ ਹੋ ਗਿਆ ਪਲੱਸ ਤੁਸੀਂ ਤਾਂ ਇੱਥੇ ਕੈਨੇਡਾ ਵਿੱਚ ਤੁਸੀਂ ਤਾਂ ਇੱਥੇ ਪੀਆਰ ਹੀ ਆਏ ਸੀ ਨਾ ਸਿੱਧੇ ਡਾਇਰੈਕਟ ਹਾਂਜੀ 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 ਅਸੀਂ ਪੀਆਰ ਹੀ ਅਰਾਈਵ ਕੀਤੇ ਸੀ ਤੇ ਜੇ ਆਪਾਂ ਗੱਲ ਕਰ ਲਈਏ ਸਟੂਡੈਂਟ ਧੜਾ ਧੜ ਜਹਾਜ਼ਾਂ ਦੇ ਜਹਾਜ਼ ਲੱਦੇ ਕਹਿ ਲਓ ਵੀ ਆ ਰਹੇ ਆ ਕੈਨੇਡਾ ਉਹਨਾਂ ਦਾ ਕੀ ਭਵਿੱਖ ਹੈ ਕੀ ਲੱਗਦਾ ਤੁਹਾਨੂੰ ਪੈਰ ਉਹਨਾਂ ਦੇ ਇੱਥੇ ਜੰਮਣਗੇ ਜਾਂ ਉਹਨਾਂ ਨੂੰ ਬਹੁਤ ਸਾਰੀ ਸਟਰਗਲ ਆ ਦੇਖਣ ਨੂੰ ਮਿਲੂਗੀ ਜਾਂ ਉਹ ਆਪਦੇ ਸੁਪਨੇ ਪੂਰੇ ਕਰਨਗੇ ਕਿ ਨਹੀਂ ਕਰਨਗੇ ਇਹਦੇ ਬਾਰੇ ਕੀ ਵਿਚਾਰ ਆ ਤੁਹਾਡਾ ਯਾਰ ਇੱਕ ਵਧੀਆ ਕੁਐਸਚਨ ਹੈ ਤੇ ਇਹਦਾ ਆਨਸਰ ਕੋਈ ਸਿੱਧਾ ਸਿੱਧਾ ਇਹਦਾ ਕੋਈ ਆਨਸਰ ਨਹੀਂ ਹੈਗਾ ਸਿੱਧਾ ਸਿੱਧਾ ਆਨਸਰ ਹੈ ਕਿ ਸਾਰਿਆਂ ਦੇ ਸੁਪਨੇ ਪੂਰੇ ਹੋਣਗੇ ਨਹੀਂ ਸਵਾਲ ਹੀ ਪੈਦਾ ਨਹੀਂ ਹੁੰਦਾ ਬਿਲਕੁਲ ਹਾਂ ਉਹਨਾਂ 'ਚ ਕੁਛ ਲੋਕ ਹੋਣਗੇ ਜਿਹੜੇ ਕਿ ਸ਼ਾਇਦ ਜ਼ਿਆਦਾ ਹਿੰਮਤ ਮਾਰ ਲੈਣਗੇ ਕੁਛ ਨਾ ਕੁਛ ਆਪਦਾ ਅੱਛਾ ਕਰ ਲੈਣਗੇ ਪਰ ਬਹੁਤੇ ਲੋਕ ਤਾਂ ਦੇਖੋ ਇੱਥੇ ਕੈਨੇਡਾ ਨੂੰ ਲੇਬਰ ਲਈ ਲੋਕ ਚਾਹੀਦੇ ਆ ਕੈਨੇਡਾ ਦੀ ਜਿਹੜੀ ਆਪਦੀ ਜਿਹੜੀ ਦੀ ਪਾਪੂਲੇਸ਼ਨ ਆ ਉਹ ਸਾਰੀ ਹੁਣ ਇੰਨੀ ਕੁ ਬੁੱਢੀ ਹੋ ਰਹੀ ਹੈ ਕਿ ਹੌਲੀ ਹੌਲੀ ਉਹ ਰਿਟਾਇਰ ਹੋ ਜਾਣਗੇ ਫਿਰ ਉਹਨਾਂ ਦੇ ਇਹਨਾਂ ਨੇ ਬਹੁਤ ਸਾਰੇ ਖਰਚੇ ਚੱਕਣੇ ਹੁੰਦੇ ਆ ਉਹਨਾਂ ਦਾ ਹੈਲਥ ਕੇਅਰ ਚੱਕਣਾ ਹੁੰਦਾ ਉਹਨਾਂ ਦੇ ਰਹਿਣ ਦੇ ਖਰਚੇ ਚੱਕਣੇ ਹੁੰਦੇ ਆ ਤਾਂ ਉਹਨਾਂ ਸਾਰੀਆਂ ਚੀਜ਼ਾਂ ਦੇ ਲਈ ਜਿਹੜੀ ਸਾਰੇ ਜਿਹੜੇ ਲੋਕ ਆ ਰਹੇ ਆ ਬਹੁਤੇ ਉਸੇ ਹੀ ਲੇਬਰ ਦੇ ਵਿੱਚ ਕੰਟਰੀਬਿਊਟ ਕਰਨਗੇ ਕਿ ਟੈਕਸਿਸ ਦੇਣਗੇ ਸਰਕਾਰ ਨੂੰ ਤੇ ਸਰਕਾਰ ਬਾਕੀ ਸਾਰੇ ਲੋਕਾਂ ਦੇ ਟੇਕ ਕੇਅਰ ਕਰੇ ਜਿਹੜੀ ਏਜਿੰਗ ਪਾਪੂਲੇਸ਼ਨ ਦੀ ਟੇਕ ਕੇਅਰ ਕਰੇ
एक आने वाली सरकार है जिहड़ा मैं बहुत सोशल मीडिया ते भी गल्लां सुनियां कि आने वाली सरकार जिहड़ी इमीग्रेशन नू लैके थोड़ा जिहा सख्त हो रही है, हो सकदा उह जिहड़े पंजाब तों स्टूडेंट आ रहे आ उस चीज़ ते थोड़ा जिहा रोक लावे जां उहनू घटावे ते जिहड़ा फ्यूचर आने वाला ਉਹ ਕੈਨੇਡਾ ਦੇ ਵਿੱਚ ਥੋੜਾ ਜਿਹਾ ਬੈਟਰ ਹੋ ਸਕਦਾ ਸਟੂਡੈਂਟ ਦਾ ਜਿਹੜੇ ਪਹਿਲਾਂ ਆਲਰੇਡੀ ਉੱਥੇ ਰਹਿ ਰਹੇ ਆ। ਯਾਰ ਦੇਖੋ ਇਹਦੇ ਚ ਵੀ ਗੱਲਾਂ ਨੇ, ਹੋ ਵੀ ਸਕਦਾ ਤੇ ਨਹੀਂ ਵੀ, ਕਿਉਂਕਿ ਇੱਥੇ ਨਾ ਇੱਥੇ ਲੋਬਿੰਗ ਬੜੀ ਸਟਰੋਂਗ ਆ। ਇੱਥੇ ਹਰ ਇੱਕ ਸੈਕਟਰ ਆਪਦੇ ਲਈ ਲੋਬਿੰਗ ਕਰਦਾ। ਜਿਵੇਂ ਹੁਣ ਜਿਵੇਂ ਹੀ ਮਤਲਬ ਇੱਥੇ ਜਿਹੜੇ ਕਾਲਜਿਸ ਨੂੰ ਪਤਾ ਲੱਗਿਆ ਕਿ ਸ਼ਾਇਦ ਸਟੂਡੈਂਟ ਪਾਲਿਸੀ ਨੂੰ ਥੋੜਾ ਬਹੁਤ ਸਟ੍ਰਿਕਟ ਕਰਨ ਲੱਗੇ ਆ, ਤਾਂ ਉਹਨਾਂ ਨੇ ਆਪਣੀ ਲੋਬਿੰਗ ਕਰਨੀ ਸ਼ੁਰੂ ਕਰਤੀ। ਜਿਵੇਂ ਮੰਨ ਲਓ ਜੇ ਮੰਨ ਲਓ ਬੈਂਕਸ ਨੂੰ ਲੱਗਦਾ ਕਿ ਹਾਊਸਿੰਗ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਵੀ ਸਰਕਾਰੀ ਤੌਰ ਤੇ ਕੋਈ ਵੀ ਕਰੈਕਟ ਆਨ ਹੋਣ ਲੱਗਦਾ ਤਾਂ ਉਹ ਅਗਲੇ ਆਪਣੀ ਲੋਬਿੰਗ ਸਟਾਰਟ ਕਰ ਦਿੰਦੇ ਆ। ਇੱਥੇ ਲੋਬਿੰਗ ਬੜੀ ਪਾਵਰਫੁਲ ਆ ਤੇ ਆਈ ਡਾਊਟ ਕਿ ਕੋਈ ਸਰਕਾਰ ਬਹੁਤ ਜ਼ਿਆਦਾ ਕਿਸੇ ਚੀਜ਼ ਨੂੰ ਲੋਬਿੰਗ ਦੇ ਮਤਲਬ ਇੰਟਰਸਟ ਤੋਂ ਬਾਹਰ ਕੋਈ ਜ਼ਿਆਦਾ ਕੁਛ ਇਹ ਕਰ ਸਕਦੀ। ਜਿਹੜੇ ਪੱਕੇ ਬੰਦੇ ਆ, ਕਈ ਕੇਸ ਮੈਂ ਦੇਖੇ ਆ, ਜਿਵੇਂ ਮੈਂ ਲਾਸਟ ਵੀਡੀਓ ਪਾਈ ਸੀ, ਲੋਕਾਂ ਦੇ ਬਹੁਤ ਕਮੈਂਟ ਵੀ ਆਏ ਕਿ ਅਸੀਂ ਵੀ ਜਿਹੜੇ ਵਾਪਸ ਆਉਣ ਨੂੰ ਤਿਆਰ ਹਾਂ, ਅਸੀਂ ਵੀ ਇੱਥੇ ਰਹਿਣਾ ਨਹੀਂ ਚਾਹੁੰਦੇ ਜਾਂ ਸਾਡੀ ਆਹ ਮਜਬੂਰੀ ਹੈ, ਅਤੇ ਲੋਕ ਆ ਰਹੇ ਆ। ਬੱਚਿਆਂ ਦਾ ਜਿਹੜਾ ਭਵਿੱਖ ਹੈ, ਜਿਹੜੇ ਟੀਨੇਜਰ ਬੱਚੇ ਹੈ, ਜਿਹੜੇ ਇੰਡੀਅਨ ਪੇਰੈਂਟਸ ਦੇ ਟੀਨੇਜਰ ਬੱਚੇ ਹੈ, ਕੀ ਉਹ ਆਪਦੀਆਂ ਨੈਤਿਕ ਕਦਰਾਂ ਕੀਮਤਾਂ ਨਾਲ ਜੁੜੇ ਰਹਿਣਗੇ ਜਾਂ ਵੱਖ ਹੋ ਰਹੇ ਆ, ਉਹਦੇ ਨੂੰ ਲੈ ਕੇ ਜਿਹੜੇ ਮਾਪੇ ਬਹੁਤ ਪਰੇਸ਼ਾਨ ਹੈ। ਯਾਰ ਇਹ ਤਾਂ ਇੱਕ ਬਹੁਤ ਕੰਸਰਨਿੰਗ ਮਸਲਾ ਹੈ, ਓਨੈਸਟਲੀ ਇਹ ਤਾਂ ਇੱਕ ਅੱਛਾ ਵੱਡਾ ਕੰਸਰਨ ਹੈ। ਬਟ ਫਰੈਂਕਲੀ ਸਪੀਕਿੰਗ, ਹਾਂ ਇੱਕ ਇੱਥੇ ਕਾਫੀ ਬੜੇ ਪ੍ਰੋਬਲਮ ਹੈ ਤੇ ਨਸ਼ਾ ਜਿਸ ਤਰੀਕੇ ਦਾ ਮਿਲ ਰਿਹਾ ਹੈ, ਜਿਸ ਤਰੀਕੇ ਨੂੰ ਨਸ਼ੇ ਨਾਲ ਲੈ ਕੇ ਜਿਸ ਤਰੀਕੇ ਦਾ ਸਰਕਾਰ ਦਾ ਐਟੀਟਿਊਡ ਹੈ, ਸਰਕਾਰ ਕੀ ਕਰ ਰਹੀ ਆ ਕਿ ਜਿਵੇਂ ਸਕੂਲਾਂ ਦੇ ਵਿੱਚ ਆ ਕੇ ਬੱਚਿਆਂ ਨੂੰ ਦੱਸਦੇ ਆ ਕਿ ਸੇਫਲੀ ਤੁਸੀਂ ਕਿਵੇਂ ਆਪਣਾ ਕਿਵੇਂ ਤੁਸੀਂ ਡੋਜ਼ੇਜ ਵਗੈਰਾ ਲੈਣੀਆਂ ਨੇ। ਉਹਨਾਂ ਦੀ ਇੰਟੈਂਸ਼ਨ ਵੀ ਠੀਕ ਹੈ, ਉਹਨਾਂ ਦਾ ਇਹ ਹੈ ਕਿ ਕੋਈ ਬੰਦਾ ਮਤਲਬ ਕਦੇ ਡੋਜ਼ ਜ਼ਿਆਦਾ ਹੋਣ ਦੇ ਕਰਕੇ ਕਦੇ ਉਹਦੀ ਕੋਈ ਪ੍ਰੋਬਲਮ ਨਾ ਹੋਵੇ, ਹੈ ਨਾ, ਲਾਈਫ ਨੂੰ ਕਦੇ ਕੋਈ ਥ੍ਰੈਟਨਿੰਗ ਸਿਚੁਏਸ਼ਨ ਨਾ ਹੋਵੇ। ਬਟ ਪ੍ਰੋਬਲਮ ਇਹ ਆ ਕਿ ਉਹਦੇ ਨਾਲ ਬਾਕੀ ਲੋਕਾਂ ਨੂੰ ਵੀ ਪਤਾ ਲੱਗ ਰਿਹਾ ਜਿਨ੍ਹਾਂ ਨੇ ਕਦੇ ਟਰਾਈ ਨਹੀਂ ਕੀਤਾ ਕਿ ਇਹਨੂੰ ਕਿਸ ਤਰੀਕੇ ਨਾਲ ਸੇਫਲੀ ਲਿਆ ਜਾ ਸਕਦਾ। ਬਿਲਕੁਲ, ਤੁਹਾਨੂੰ ਪਤਾ ਕਿ ਉਸ ਉਮਰ ਦੇ ਵਿੱਚ ਕੋਈ ਬੰਦਾ ਟਰਾਇਲ ਪਰਪਸ ਦੇ ਕੋਈ ਬੰਦਾ ਕੋਈ ਵੀ ਹਰ ਚੀਜ਼ ਕਰ ਸਕਦਾ, ਤਾਂ ਟੈਕਨੀਕਲੀ ਤੁਸੀਂ ਜਿੱਥੇ ਤੁਸੀਂ ਕੁਛ ਲੋਕਾਂ ਨੂੰ ਪ੍ਰਿਵੈਂਟ ਕਰ ਰਹੇ ਹੋ, ਉਸੇ ਟਾਈਮ ਤੇ ਤੁਸੀਂ ਕੁਛ ਲੋਕਾਂ ਨੂੰ ਗਾਈਡ ਵੀ ਕਰ ਰਹੇ ਹੋ, ਆ ਵੀ ਰਹੇ ਹੋ। ਬਿਲਕੁਲ ਬਿਲਕੁਲ, ਉਸ ਤੋਂ ਬਿਨਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਵੋਕਿਜ਼ਮ ਕਿਹਾ ਸੀ, ਜਿਹੜਾ ਜੈਂਡਰ ਦਾ ਬੇਸਿਕਲੀ ਥੋੜਾ ਜਿਹਾ ਇਸ਼ੂ ਚੱਲ ਰਿਹਾ ਹੈ, ਮੈਨੂੰ ਵੀ ਥੋੜਾ ਕੰਸਰਨਿੰਗ ਲੱਗਦਾ। ਉਸ ਤੋਂ ਬਾਅਦ ਇੱਥੇ ਕੁਛ ਹੋਰ ਵੀ ਜਿਵੇਂ ਇਸ਼ੂਜ਼, ਪੋਲੀਟੀਕਲ ਸਟੇਬਿਲਿਟੀਜ਼ ਹੈਗੀਆਂ ਨੇ, ਕਾਫੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਮਤਲਬ ਇੱਥੋਂ ਥੋੜਾ ਰਿਪੈਲੈਂਟ ਹੈਗੀ, ਬਹੁਤ ਸਾਰੇ ਲੋਕ ਇੱਥੋਂ ਜਾਣ ਨੂੰ ਫਿਰਦੇ ਆ। ਬਟ ਹਾਂ, ਮੈਨੂੰ ਲੱਗਦਾ ਕਿ ਰਿਵਰਸ ਮਾਈਗ੍ਰੇਸ਼ਨ ਹੋਏਗੀ ਜਾਂ ਫਿਰ ਕੋਈ ਅਲਟਰਨੇਟ ਲੋਕੇਸ਼ਨ ਤੇ ਕੋਈ ਮਾਈਗ੍ਰੇਸ਼ਨ ਹੋਏਗੀ। ਹੋ ਸਕਦਾ ਸ਼ਾਇਦ ਕੋਈ ਅਗਲਾ ਦੁਬਈ ਚੱਲ ਜੇ, ਸ਼ਾਇਦ ਕੋਈ ਅਗਲਾ ਜਿਵੇਂ ਹੁਣ ਕੋਈ ਆਈ ਟੀ ਵਾਲੇ ਜਿਹੜੇ ਲੋਕ ਆ, ਜਿਹੜੇ ਫਾਈਨੈਂਸ ਵਗੈਰਾ ਚ ਹੈਗੇ ਆ, ਉਹਨਾਂ ਨੂੰ ਸੇਮ ਸੈਲਰੀਜ਼ ਉਹਨਾਂ ਨੂੰ ਦੁਬਈ ਵਗੈਰਾ ਚ ਵੀ ਮਿਲ ਜਾਂਦੀਆਂ ਨੇ, ਉੱਥੇ ਟੈਕਸਿਸ ਵਗੈਰਾ ਨੀ ਹੈਗੇ, ਤਾਂ ਉੱਥੇ ਲਾਈਫ ਸਟਾਈਲ ਵੀ ਅੱਛਾ ਹੈ, ਤਾਂ ਉਹ ਵੀ ਇੱਕ ਅੱਛੀ ਪ੍ਰੋਪੋਜੀਸ਼ਨ ਹੈ। ਹਾਂ, ਜਿਨ੍ਹਾਂ ਦੇ ਕੋਲ ਆਪਣਾ ਕੋਈ ਕੰਮ ਸੈਟਲ ਹੈ, ਜਿਨ੍ਹਾਂ ਨੇ ਇੱਥੇ ਕੋਈ ਬਿਜ਼ਨਸ ਸੈਟਲ ਕਰ ਲਿਆ, ਜਿਨ੍ਹਾਂ ਕੋਲ ਬੈਕ ਹੋਮ ਅੱਛੀ ਪੈਕਿੰਗ ਹੈਗੀ ਆ, ਉਹ ਅਗਲੇ ਇੰਡੀਆ ਵੀ ਅਗਲੇ ਜਾ ਸਕਦੇ ਆ। ਜਿਨ੍ਹਾਂ ਕੋਲ ਇੰਡੀਆ ਦੇ ਵਿੱਚ ਕੋਈ ਬਿਜ਼ਨਸ ਪ੍ਰੋਪੋਜੀਸ਼ਨ, ਉਹ ਵੀ ਅਗਲੇ ਇੰਡੀਆ ਜਾ ਸਕਦੇ ਆ। ਕੁਛ ਇਹੋ ਜਿਹੜੇ ਮਸਲੇ ਵੀ ਸਾਹਮਣੇ ਆਏ ਆ ਵੀ ਫੈਮਿਲੀਜ਼ ਵੈਲ ਸੈਟਲਡ ਆ ਕੈਨੇਡਾ ਦੇ ਵਿੱਚ, ਪਰ ਉਹਨਾਂ ਦਾ ਮੇਨ ਚਿੰਤਾ ਦਾ ਵਿਸ਼ਾ ਉਹਨਾਂ ਦੇ ਬੱਚੇ ਆ, ਵੀ ਜ਼ਿਆਦਾ ਬੱਚਿਆਂ ਨੂੰ ਲੈ ਕੇ ਉਹ ਚਿੰਤਾ ਕਰ ਰਹੇ ਆ ਕਿ ਬੱਚਿਆਂ ਦਾ ਸਾਡਾ ਭਵਿੱਖ ਹੈ ਨਹੀਂ, ਅਸੀਂ ਪੈਸਾ ਕਮਾ ਕੇ ਵੀ ਕੀ ਕਰਾਂਗੇ ਜੇ ਸਾਡੇ ਬੱਚੇ ਹੀ ਇੱਥੇ ਸੇਫ ਨਹੀਂ, ਜਾਂ ਉਹਨਾਂ ਦਾ ਭਵਿੱਖ ਅਸੀਂ ਸੁਨਹਿਰਾ ਨਹੀਂ ਦੇਖਦੇ, ਜਾਂ ਟੀਨੇਜਰ ਹੁੰਦੇ ਹੀ 18 ਸਾਲ ਦੇ ਹੁੰਦੇ ਹੀ ਸਾਨੂੰ ਛੱਡ ਜਾਣਗੇ। ਇਹ ਚਿੰਤਾ ਜਿਹੜੀ ਮਾਪਿਆਂ ਨੂੰ ਹੁਣ ਵੱਡੇ ਲੈਵਲ 'ਤੇ ਸਤਾਉਣ ਲੱਗ ਗਈ ਹੈ। ਬਹੁਤ ਸਾਰੇ ਲੋਕ ਇਸੇ ਵਿਸ਼ੇ ਕਰਕੇ ਹੀ, ਇਸੇ ਕਾਰਨ ਹੀ ਜਿਹੜਾ ਇੱਕ ਸਟੈਪ ਲੈ ਰਹੇ ਆ ਕਿ ਆਪਾਂ ਵਾਪਸ ਪੰਜਾਬ ਚੱਲੀਏ। ਹਾਂ, ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ, ਸਿਰਫ ਵਾਪਸ ਪੰਜਾਬ ਦੀ ਗੱਲ ਨਹੀਂ ਹੈ, ਤੇ ਜਿਹੜੇ ਕੁਛ ਲੋਕ ਤਾਂ ਚਲੋ ਜਿਹੜੇ ਬੰਦੇ ਤਾਂ ਆਪਣੇ ਬੱਚੇ ਨੂੰ ਲੈ ਕੇ ਕੰਸਰਨ ਆ, ਉਹਨਾਂ ਨੂੰ ਤਾਂ ਲੱਗਦਾ ਹਾਂਜੀ ਸਾਡੀਆਂ ਰੂਟਸ ਜ਼ਿਆਦਾ ਅੱਛੀਆਂ ਨੇ, ਪੰਜਾਬ ਜਾਂ ਇੰਡੀਆ ਜ਼ਿਆਦਾ ਅੱਛਾ, ਉੱਥੇ ਮਤਲਬ ਬੱਚਿਆਂ ਦੇ ਫੈਮਿਲੀ ਨਾਲ ਰਹਿਣ ਦੇ ਤੇ ਉਹਨਾਂ ਦੇ ਮਤਲਬ ਦਾਇਰੇ ਚ ਰਹਿਣ ਦੇ ਚਾਂਸਿਸ ਜ਼ਿਆਦਾ ਹੈ, ਤਾਂ ਉਹ ਡੈਫੀਨੇਟਲੀ ਥੋੜਾ ਜ਼ਿਆਦਾ ਉੱਥੇ ਜਾਣ ਦੀ ਕੋਸ਼ਿਸ਼ ਕਰਦੇ ਆ। ਪਰ ਕੁਛ ਲੋਕ ਜਿਹੜੇ ਇੱਥੇ ਮਤਲਬ ਜਿਹੜੇ ਇੱਥੇ ਫਾਈਨੈਂਸ਼ੀਅਲ ਪ੍ਰੋਬਲਮਸ ਤੋਂ ਦੁਖੀ ਨੇ, ਉਹ ਇੱਥੋਂ ਬਾਰਡਰ ਕ੍ਰੋਸ ਕਰ ਮਤਲਬ ਨਾਟ ਐਗਜੈਕਟਲੀ ਕ੍ਰੋਸ, ਪਰ ਲੀਗਲੀ ਉਹ ਅਗਲੇ ਯੂਐਸ ਚ ਜਾਣ ਦੀ ਵੀ ਤਾਕ ਚ ਬਹੁਤ ਲੋਕ ਬੈਠੇ ਆ ਕਿ ਅਸੀਂ ਯੂਐਸ ਚੱਲ ਜਾਵਾਂਗੇ। ਮਤਲਬ ਅੱਜ ਕੱਲ੍ਹ ਲੋਕਾਂ ਨੇ ਕੈਨੇਡਾ ਨੂੰ ਐਜ਼ ਅ ਸਟੈਪਿੰਗ ਸਟੋਨ ਦੇਖਣਾ ਸ਼ੁਰੂ ਕਰਤਾ, ਪਹਿਲਾਂ ਕੈਨੇਡਾ ਆਓ, ਉਸ ਤੋਂ ਅੱਗੇ ਆਪਣੇ ਆਪ ਨੂੰ ਸੈਟਲ ਕਰੋ, ਆਈਦਰ ਉਸ ਤੋਂ ਬਾਅਦ ਬੈਕ ਚੱਲ ਜਾਓ ਔਰ ਯੂਐਸ ਚੱਲ ਜਾਓ ਜਾਂ ਹੋਰ ਕਿਸੇ ਅੱਛੀ ਕਿਸੇ ਚਾਂਸਿਸ ਤੇ ਜਿੱਥੇ ਕਿਤੇ ਅੱਛਾ ਕੋਈ ਚਾਂਸ ਵਗੈਰਾ ਮਿਲਦਾ। ਪਰ ਹਾਂ, ਬੱਚੇ ਇੱਕ ਵੱਡਾ ਇਸ਼ੂ ਡੈਫੀਨੇਟਲੀ ਹੈਗੇ ਆ, ਐਂਡ ਜਿਹਨਾਂ ਦਾ ਬੱਚਿਆਂ ਦਾ ਜਿਹਨਾਂ ਦਾ ਇਸ਼ੂ ਹੈ ਉਹਨਾਂ ਲਈ ਮੈਨੂੰ ਲੱਗਦਾ ਫਿਰ ਹਾਂ ਇੰਡੀਆ ਇੱਕ ਬਹੁਤ ਅੱਛੇ ਕਲਚਰਲ ਵੈਲਿਊਜ਼ ਦਿੰਦਾ ਸ਼ਾਇਦ,
ਤਾਂ ਹਾਂ ਬਹੁਤ ਲੋਕ ਵੈਸੇ ਸੋਚੀ ਜਾ ਰਹੇ ਇਸ ਚੀਜ਼ ਤੇ, ਬਹੁਤ ਲੋਕਾਂ ਨੂੰ ਬਾਇੰਡ ਜਿਹੜਾ ਕੀਤਾ ਹੋਇਆ ਹੈ ਅਲਟਰਨੇਟ ਇਨਕਮਸ ਨੇ। ਮੇਰੇ ਵੀ ਕੁਛ ਫਰੈਂਡ ਆ ਜਿਨ੍ਹਾਂ ਦੇ ਨਾਲ ਮੇਰੀ ਲਾਸਟ ਟਾਈਮ ਗੱਲ ਹੋ ਰਹੀ ਸੀਗੀ, ਦੇ ਵਾਂਟ ਟੂ ਗੈਟ ਗੈਟ ਬੈਕ, ਬਟ ਦ ਪ੍ਰੋਬਲਮ ਇਜ਼ ਦੈਟ ਦੇ ਪ੍ਰੋਬਬਲੀ ਹੈਵ ਟੂ ਬਿਲਡ ਆਊਟ ਸਮ ਆਫ ਦ ਫਾਈਨੈਂਸ਼ੀਅਲ ਪਲੈਨ ਵੀ ਕਰਦੇ ਆਉਣ ਦਾ, ਤੇ ਉਹਨਾਂ ਨੂੰ ਕਿਹੜੇ ਕੋਰਸ ਚ ਇਹਨਾਂ ਜਾਣਾ ਚਾਹੀਦਾ ਜਾਂ ਕੀ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਧਿਆਨ ਚ ਰੱਖਣੀਆਂ ਚਾਹੀਦੀਆਂ ਜਾਂ ਉਹਨਾਂ ਨੂੰ ਡ੍ਰੌਪ ਕਰ ਦੇਣਾ ਚਾਹੀਦਾ ਕੈਨੇਡਾ ਆਉਣਾ? ਯਾਰ ਦੇਖੋ, ਇਹ ਤਾਂ ਬੰਦੇ ਦੀ ਆਪਣੀ ਫੈਮਿਲੀ ਦੀ ਸਿਚੁਏਸ਼ਨ ਆ। ਹੁਣ ਇੱਥੇ ਬਹੁਤ ਲੋਕ ਆ ਜਿਹੜੇ ਆਪਣੇ ਬੱਚੇ ਨੂੰ, ਇਸ ਲਈ ਬੰਦਾ ਤਾਂ ਆਪਣੇ ਬੱਚੇ ਨੂੰ ਇਸ ਲਈ ਭੇਜਦਾ ਨਾ ਕਿ ਬੱਚੇ ਦਾ ਅੱਗੇ ਉਹਦਾ ਫਿਊਚਰ ਵਧੀਆ ਰਹੇ। ਬਟ ਪ੍ਰੋਬਲਮ ਹੈ ਕਿ ਅੱਗੇ ਫਿਊਚਰ ਅੱਗੇ ਜ਼ਿਆਦਾ ਕੋਈ ਇੰਨਾ ਬ੍ਰਾਈਟ ਹਾਲੇ ਦਿਖਦਾ ਨਹੀਂ ਹੈ। ਦੇਖੋ ਜਿੰਨਾ ਲੋਕਾਂ ਕੋਲ ਅੱਛੇ ਸਕਿੱਲ ਹੈ, ਜਿਵੇਂ ਮੈਂ ਇੱਕ ਮੁੰਡੇ ਨੂੰ ਮਿਲਿਆ ਜਿਹਦੇ ਕੋਲੇ ਉਹਦੇ ਕੋਲ ਪਲੰਬਿੰਗ ਦਾ ਸਕਿੱਲ ਸੀਗਾ, ਤਾਂ ਉਹ ਮਤਲਬ ਇੱਥੇ ਪਲੰਬਿੰਗ ਦਾ ਕੰਮ ਕਰ ਰਿਹਾ ਸੀ। ਪਲੱਸ ਟੂ ਤੋਂ ਬਾਅਦ ਆਇਆ ਕਿਸੇ ਹੋਰ ਨਾਲ ਪਲੰਬਿੰਗ ਦਾ ਕੰਮ ਕਰ ਰਿਹਾ, ਉਹਦੇ ਕੋਲ ਲਾਇਸੈਂਸ ਵਗੈਰਾ ਨਹੀਂ ਹੈਗਾ, ਬਟ ਫਿਰ ਵੀ ਕੰਟਰੈਕਟ ਕਈ ਵਾਰ ਲੋਕ ਬੰਦੇ ਨੂੰ ਆਪਣੇ ਨਾਲ ਰੱਖ ਲੈਂਦੇ ਆ, ਉਹਨਾਂ ਦੇ ਲੋਕ ਠੀਕ ਆ। ਇੱਥੇ ਬਹੁਤ ਸਾਰੇ ਲੋਕਾਂ ਕੋਲ ਕੋਈ ਸਕਿੱਲ ਹੀ ਨਹੀਂ ਹੈਗਾ, ਕੋਈ ਸਕਿੱਲ ਨਹੀਂ ਹੈਗਾ। ਉਹ ਸਿਰਫ ਇੱਥੇ ਕੀ ਕਰ ਸਕਦੇ ਆ, ਸਿਰਫ ਇੱਥੇ ਵੇਖਾ ਵੇਖ ਇੱਕ ਦੂਜੇ ਨੂੰ ਵੀ ਉਹ ਚੱਲਿਆ, ਮੈਂ ਵੀ ਚੱਲਿਆ, ਮੈਂ ਵੀ ਜਾਣਾ, ਘਰਦਿਆਂ ਨੂੰ ਕਹਿੰਦਾ ਮੈਂ ਨਹੀਂ ਕੋਈ ਪੇਪਰ ਦੇਣਾ, ਮੈਂ ਵੀ ਕੈਨੇਡਾ ਹੀ ਜਾਣਾ ਹੈਗਾ। ਤੇ ਬਹੁਤ ਜਿਹੜੇ ਕੇਸ ਉਹ ਜੇ ਵੀ ਹੈਗੇ ਆ ਜਿਹੜੇ ਚੰਗੇ ਘਰਾਂ ਦੇ ਕਾਕੇ ਕਾਕੀਆਂ ਜਿਨ੍ਹਾਂ ਨੇ ਕੰਮ ਇੱਥੇ ਨਹੀਂ ਕੀਤਾ ਤੇ ਇੱਕਦਮ ਉੱਥੇ ਉਹਨਾਂ ਨੂੰ ਲੇਬਰ ਤੋਂ ਸਟਾਰਟ ਕਰਨਾ ਪੈਂਦਾ, ਫਿਰ ਉਹ ਵੀ ਚੀਕਾਂ ਮਾਰਦੇ ਆ ਵੀ ਔਖਾ ਕੰਮ ਇੱਥੇ ਜਾਂ ਅਸੀਂ ਕਰ ਨਹੀਂ ਸਕਦੇ ਗੇ। ਮੈਂ ਇੱਥੇ ਕਮ ਸੇ ਕਮ ਦੋ ਸਟੂਡੈਂਟਸ ਨੂੰ ਜਾਣਦਾ, ਇੱਕ ਤਾਂ ਕਿਸੇ ਡਾਕਟਰ ਦੀ ਬੇਟੀ ਆ ਜਿਹੜੀ ਇੱਥੇ ਆਈ ਤੇ ਉਹਨੂੰ 6 ਮਹੀਨੇ ਉਹਨੂੰ ਕੰਮ ਨਹੀਂ ਮਿਲਿਆ ਸੀ, ਅੱਜ ਕੱਲ ਸ਼ਾਇਦ ਉਹ ਸਿਕਿਉਰਟੀ ਚ ਕਿਤੇ ਜੋਬ ਵਗੈਰਾ ਕਰ ਰਹੀ ਆ। ਇੰਡੀਆ ਚ ਉਹਦਾ ਨੀਟ ਸ਼ਾਇਦ ਉਹਦਾ ਕਲੀਅਰ ਸੀਗਾ, ਆਈ ਡੋਂਟ ਨੋ ਵਾਈ ਸ਼ੀ ਕੇਮ ਹੇਅਰ ਫੋਰ ਅ 2-year 3-year ਡਿਪਲੋਮਾ। ਉਹਨਾਂ ਨੂੰ ਤਾਂ ਬਿਲਕੁਲ ਨੀ ਆਉਣਾ ਚਾਹੀਦਾ ਜਿਹੜੇ ਬੰਦੇ ਕੋਲ ਇੰਡੀਆ ਚ ਇੱਕ ਅੱਛਾ ਪਰਸਪੈਕਟਿਵ ਹੈਗਾ। ਉਸ ਤੋਂ ਬਾਅਦ ਇੱਕ ਇੱਥੇ ਲੜਕੀ ਆ ਮੇਰੀ, ਮਤਲਬ ਨੂੰ ਨੀ ਅੱਗੇ, ਤਾਂ ਉਹਨੂੰ 1 ਸਾਲ ਹੋ ਗਿਆ ਉਹਨੂੰ ਕੋਈ ਕੰਮ ਨੀ ਮਿਲਿਆ, ਜਿਹੜਾ ਜਵਾਕ ਇੰਟੈਲੀਜੈਂਟ ਹੈ ਜਿਹੜਾ ਇੱਥੇ ਇੰਡੀਆ ਚ ਪਹਿਲਾਂ ਆਪਦਾ ਜਿਹੜਾ ਕਿਸਮਤ ਅਜਮਾਵੇ, ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰੇ, ਜੇ ਇੱਥੇ ਕੋਈ ਫੇਲਰ ਮਿਲਦਾ ਦੈਨ ਉਹ ਸੋਚੇ, ਤੇ ਜਾਂ ਜਿਹੜਾ ਘਰੇ ਘਰੋਂ ਜਿਹੜਾ ਬੱਚਾ ਜਿਹੜਾ ਨਹੀਂ ਉਹ ਇੰਨਾ ਕਰਦੇ ਉਹਨੂੰ ਅਫੋਰਡ ਕਰਦੇ, ਉਹ ਇੱਕ ਸੁਨਹਿਰੇ ਭਵਿੱਖ ਦੀ ਆਸ ਦੇ ਵਿੱਚ ਕੈਨੇਡਾ ਆ ਸਕਦਾ ਹੈਗਾ। ਹਾਂ ਦੇਖੋ, ਦੋ ਚੀਜ਼ਾਂ ਨੇ। ਦੇਖੋ ਜੇ ਮੰਨ ਲਓ ਤੁਹਾਨੂੰ ਪਲੱਸ ਟੂ, ਜੇ ਮੰਨ ਲਓ ਤੁਹਾਡਾ ਪੜ੍ਹਨ 'ਚ ਤੁਹਾਡਾ ਜ਼ਿਆਦਾ ਇੰਟਰਸਟ ਹੈਗਾ, ਤੇ ਤੁਸੀਂ ਮੰਨ ਲਓ ਕੁਛ ਸੱਚੀ ਤੁਸੀਂ ਪੜ੍ਹ ਕੇ ਕੁਛ ਬਣਨਾ ਚਾਹੁੰਦੇ ਹੋ, ਤੇ ਜੇ ਤੁਸੀਂ ਮੰਨ ਲਓ ਉਸ ਤੋਂ ਬਾਅਦ ਕੈਨੇਡਾ ਵੀ ਜੇ ਤੁਸੀਂ ਮੰਨ ਲਓ ਆਉਣਾ ਚਾਹੁੰਦੇ ਹੋ, ਆਈ ਥਿੰਕ ਸ਼ਾਇਦ ਤੁਹਾਨੂੰ ਗ੍ਰੈਜੂਏਸ਼ਨ ਲਈ ਆਉਣਾ ਚਾਹੀਦਾ ਅਗਰ ਤੁਸੀਂ ਪਲੱਸ ਟੂ ਤੋਂ ਬਾਅਦ ਆ ਰਹੇ। ਪਰ ਜਿਵੇਂ ਇੰਡੀਆ ਦੇ ਜਿਹੜੇ ਕੁਛ ਜਿਹੜੇ ਇਲੀਟ ਕਾਲਜਿਸ ਹੈਗੇ, ਜਿਹੜੇ 25-50-100 ਜਿਹੜੇ ਟੋਪ ਦੇ ਕਾਲਜਿਸ ਹੈਗੇ ਆ ਡਿਫਰੈਂਟ ਡਿਫਰੈਂਟ ਚੀਜ਼ਾਂ ਦੇ ਵਿੱਚ, ਹਨਾ, ਜਿਵੇਂ ਇੰਜੀਨੀਅਰਿੰਗ ਹੋ ਗਿਆ, ਜਿਵੇਂ ਬਿਜ਼ਨਸ ਹੋ ਗਿਆ, ਸਾਇੰਸ ਹੋ ਗਿਆ, ਆਈਸਰ ਹੋ ਗਿਆ, ਆਈਆਈਟੀ, ਆਈਆਈਐਮਸ, ਹਨਾ, ਆਈਐਸਪੀ, ਚਲੋ ਥੋੜਾ ਜ਼ਿਆਦਾ ਮਹਿੰਗਾ ਕਾਲਜ ਹੋ ਜਾਂਦਾ, ਬਟ ਹਾਂ ਇੱਦਾਂ ਦੇ ਕਾਫੀ ਅੱਛੇ ਕੋਸਟ ਇਫੈਕਟਿਵ ਕਾਲਜਿਸ ਹੈਗੇ ਆ ਜਿਨ੍ਹਾਂ ਚ ਬਹੁਤ ਅੱਛੀ ਲਾਈਫ ਆ, ਤੁਸੀਂ ਉੱਥੋਂ ਇੱਕ ਅੱਛਾ ਕਰੀਅਰ ਬਣਾ ਸਕਦੇ ਹੋ। ਉੱਥੋਂ ਦੇ ਸਟੂਡੈਂਟਸ ਵੀ ਬੜੇ ਵਧੀਆ ਜਗ੍ਹਾ ਤੇ ਪਲੇਸ ਹੁੰਦੇ ਆ ਗਲੋਬਲੀ, ਰਾਈਟ, ਤਾਂ ਉਹ ਵੀ ਕੀਤਾ ਜਾ ਸਕਦਾ। ਬਾਕੀ ਹਾਂ, ਜਿਹੜੇ ਬੰਦੇ ਨੂੰ ਆਪਣਾ ਭਵਿੱਖ ਨਹੀਂ ਦੇਖਦਾ ਵੀ ਪੜ੍ਹਾਈ ਦੇ ਵਿੱਚ, ਹਨਾ, ਤੇ ਉਹਨੂੰ ਲੱਗਦਾ ਵੀ ਹਾਂ ਵੀ ਮੈਂ ਤਾਂ ਜਨਰਲ ਲੇਬਰ ਵੀ ਕਰ ਸਕਦਾ, ਮੈਂ ਟਰੈਕਿੰਗ ਵੀ ਕਰ ਸਕਦਾ, ਉਹਦੇ ਲਈ ਫਿਰ ਕੈਨੇਡਾ ਇੱਕ ਪ੍ਰੋਪੋਜੀਸ਼ਨ ਹੋ ਸਕਦੀ ਹੈ, ਬਟ ਪ੍ਰਪੇਅਰਡ ਹੋ ਕੇ ਆਉਣਾ ਚਾਹੀਦਾ, ਕੋਈ 2-4 ਕੋਈ ਸਕਿੱਲ ਵਗੈਰਾ ਸਿੱਖ ਲੈਣੇ ਚਾਹੀਦੇ ਆ। ਫੋਰ ਐਗਜ਼ਾਮਪਲ ਜਿਵੇਂ ਥਰੈਟੀਕਲੀ ਪਲੰਬਿੰਗ ਨੂੰ ਪੜ੍ਹ ਲੈਣਾ ਚਾਹੀਦਾ, ਜਿਵੇਂ ਕੋਈ 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 ਇਲੈਕਟ੍ਰੀਸ਼ੀਅਨ ਦਾ ਸਕਿੱਲ ਹੋ ਗਿਆ, ਕੋਈ ਹੋਰ ਕੋਈ ਇੱਦਾਂ ਦੇ ਸਕਿੱਲ ਹੋ ਗਏ, ਜਿਹੜੇ ਵੀ ਕੋਈ ਸਕਿੱਲ ਲੋਕਾਂ ਨੇ ਕਰਨੇ ਆ ਉਹ ਕਿਤੇ ਜਾ ਸਕਦੇ ਆ, ਬੈਨੀਫੀਸ਼ੀਅਲ ਹੋ ਸਕਦੇ ਤੁਹਾਨੂੰ ਜੋਬ ਲੈਣ ਦੇ ਲਈ। ਤੇ ਲਾਸਟ ਦੇ ਵਿੱਚ ਮੈਂ ਜਿਹੜਾ ਹੈਗਾ ਤੁਹਾਨੂੰ ਇਹ ਸਵਾਲ ਕਰਨਾ ਚਾਹੁੰਦਾ ਕਿ ਜਿਹੜੇ ਹੁਣ ਦੀ ਜਿਹੜੀ ਸਿਚੁਏਸ਼ਨ ਆ ਹੁਣ ਕਿਵੇਂ ਆ, ਸਟੇਬਲ ਆ ਜਾਂ ਬਹੁਤ ਸਾਰਾ ਰੌਲਾ ਪੈ ਰਿਹਾ ਕੈਨੇਡਾ ਦੇ ਵਿੱਚ ਵੀ ਕੀ ਕਰੀਏ, ਕਨਫਿਊਜ਼ ਆ ਲੋਕ, ਜਾਈਏ ਵਾਪਸ ਕੇ ਰਹੀਏ, ਕੋਈ ਇੱਦਾਂ ਦੀਆਂ ਗੱਲਾਂ ਵੀ ਹੈ? ਕੈਨੇਡਾ ਸਟੇਬਲ ਤਾਂ ਨਹੀਂ ਹੈ ਫੋਰ ਸ਼ੋਰ, ਫਿਲਹਾਲ ਦੀ ਘੜੀ ਆਪਾਂ ਨਹੀਂ ਕਹਿ ਸਕਦੇ। ਜਿਨ੍ਹਾਂ ਦੇ ਕੋਲੇ ਬੈਕ ਹੋਮ ਬੈਕਿੰਗ ਹੈਗੀ ਆ ਨਾ, ਉਹਨਾਂ ਦੇ ਬੈਕ ਆਫ ਮਾਈਂਡ ਹਮੇਸ਼ਾ ਚੱਲਦਾ ਰਹਿੰਦਾ ਕਿ ਯਾਰ ਬੈਕ ਚੱਲ ਜੀ। ਤੇ ਬਹੁਤ ਲੋਕਾਂ ਮੇਰੇ ਆਸੇ ਪਾਸੇ ਜਿਹੜੇ ਇੱਥੇ ਆਏ ਸੀ, ਹੁਣ ਜਿਵੇਂ ਮੈਂ ਆਈ ਟੀ ਚ ਆ ਰਹੀ, ਆਈ ਟੀ ਵਿੱਚ ਕੀ ਪ੍ਰੋਬਲਮ ਹੁੰਦੀ ਆ ਕਿ ਇੰਡੀਆ ਚ ਵੀ ਸੈਲਰੀਜ਼ ਬਹੁਤ ਅੱਛੀਆਂ ਨੇ,
ਤੇ ਬਹੁਤ ਲੋਕ ਇੱਥੇ ਆ ਕੇ ਸੋਚ ਰਹੇ ਆ ਕਿ ਕਿਉਂ ਕਿਉਂ ਆਏ ਇੱਥੇ, ਉੱਥੇ ਵੀ ਤਾਂ ਵਧੀਆ ਸੀ, ਉੱਥੇ ਵੀ ਤਾਂ ਸੈਲਰੀ ਅੱਛੀ ਪਹੁੰਚ ਜਾਣੀ ਸੀ, 35-40-50-60 lakh ਦੀ ਸੈਲਰੀ ਆਮ ਹੈ ਇੰਡੀਆ ਦੇ ਵਿੱਚ ਵੀ ਅੱਛੇ ਸ਼ਹਿਰਾਂ ਦੇ ਵਿੱਚ, ਬਿਲਕੁਲ ਬਿਲਕੁਲ, ਤੇ ਉੱਥੇ ਓਨਾ ਓਨਾ ਮਹਿੰਗਾ ਆਫਕੋਰਸ ਨਹੀਂ ਹੈ, ਇੱਥੇ ਵੀ ਸੈਲਰੀ ਆਲਮੋਸਟ ਕੰਪੈਰੇਟਿਵ ਹੀ ਹੈ, ਇੱਥੇ ਕੋਈ ਸੈਲਰੀ ਕੋਈ ਕੋਈ ਡਰਾਸਟਿਕਲੀ ਕਿਸੇ ਦੀ ਕੋਈ ਚੇਂਜ ਨਹੀਂ ਹੁੰਦੀ, ਤਾਂ ਉਹਨਾਂ ਲੋਕਾਂ ਲਈ ਤਾਂ ਬਹੁਤ ਮੁਸ਼ਕਿਲ ਆ ਜਿਹੜੇ ਲੋਕ ਉੱਥੇ ਵੀ ਚੰਗੀਆਂ ਸੈਲਰੀਜ਼ ਤੋਂ ਆਏ ਆ, ਜਿਹੜੇ ਲੋਕ ਉੱਥੇ ਚੰਗੀਆਂ ਸੈਲਰੀਜ਼ ਤੋਂ ਨਹੀਂ ਆਏ, ਜਿਹਨਾਂ ਨੂੰ ਇੱਥੇ ਆ ਕੇ ਸੈਲਰੀ ਜ਼ਿਆਦਾ ਚੰਗੀ ਮਿਲਦੀ ਹੈ, ਉਹਨਾਂ ਨੂੰ ਕੁਛ ਹੱਦ ਤੱਕ ਚਲੋ ਜਿਵੇਂ ਹੁਣ ਫਾਈਨੈਂਸ਼ੀਅਲ ਜਦੋਂ ਥੋੜ੍ਹਾ ਜਿਹਾ ਬੰਦਾ ਸਟਰੈਂਥਨ ਹੁੰਦਾ ਤਾਂ ਬੰਦ ਤਾਂ ਕਰ ਲੈਂਦਾ, ਬਿਲਕੁਲ ਪਰ ਬੈਕ ਆਫ ਮਾਈਂਡ ਬਹੁਤੇ ਲੋਕਾਂ ਦੇ ਚੱਲਦਾ ਰਹਿੰਦਾ ਕਿ ਬੈਕ ਹੋਮ ਚਲੇ ਜਾਣਾ ਚਾਹੀਦਾ, ਉੱਥੇ ਥੋੜ੍ਹਾ ਜ਼ਿਆਦਾ ਵਧੀਆ ਹੈ, ਬਟ ਹਾਂ ਬਹੁਤ ਲੋਕ ਕਨਫਿਊਜ਼ ਆ, ਮੇਰੇ ਆਸੇ ਪਾਸੇ ਬਹੁਤ ਲੋਕ ਆ ਜਿਹੜੇ ਕਿ ਕਨਫਿਊਜ਼ ਆ ਇਸ ਚੀਜ਼ ਨੂੰ ਲੈ ਕੇ। ਚਲੋ ਬਰਾੜ ਸਾਹਿਬ, ਤੁਸੀਂ ਟਾਈਮ ਕੱਢਿਆ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ, ਬੜੇ ਆਪਾਂ ਵਧੀਆ ਜਿਹੜੇ ਵਿਸ਼ੇ ਤੇ ਵਿਚਾਰ ਚਰਚਾ ਕੀਤੀ, ਅੱਗੇ ਫਿਊਚਰ 'ਚ ਆਸ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਜੁੜੇ ਰਹੋਗੇ, ਆਪਦੇ ਵਿਚਾਰ ਪੇਸ਼ ਕਰਦੇ ਰਹੋਗੇ, ਬਹੁਤ ਬਹੁਤ ਧੰਨਵਾਦ। ਥੈਂਕ ਯੂ, ਓਕੇ।